ਦੱਸਣਾ ਨਾ ਜ਼ਿੰਦਾ ਰਹਿੰਦੇ ਨੇ ਤੇ ਹਜ਼ੂਰ ਦੀ ਵਫਾ ਨਾਲ ਜ਼ਿੰਦਾ ਰਹਿੰਦੇ ਨੇ ਤੇ ਉਹਨਾਂ ਨੂੰ ਵੀ ਦੱਸੋ ਇਹ ਜਜ਼ਬਾਤ ਨੇ ਫੈਸਲੇ ਕਰ ਗਿਆ ਇਸਨੇ ਨਹੀਂ ਸੋਚਿਆ ਕਿਆ ਹੋਗਾ ਕਿਆ ਨਹੀਂ ਹੋਗਾ ਬਾਬਾ ਫਰਮਾ ਗਿਆ ਕਈ ਬੇਅਕਲਾ ਬਾਜ਼ੀ ਜਿੱਤ ਜਾਂਦਾ ਅਕਲ ਵਾਲਾ ਬਾਜ਼ੀ ਹਾਰਦਾ ਵਾਰਸ ਨਾ ਕਰ ਮਾਣ ਤੂੰ ਵਾਰਸ ਦਾ ਹੋ ਰੱਬ ਬੇ ਵਾਰਸ ਕਰ ਮਾਰਦਾਈ ਇੱਕ ਪੰਜਾਬੀ ਚ ਅਗਰ ਹੋਰ ਆਸ਼ਿਕ ਦੀ ਜ਼ੁਬਾਨੀ ਤਰਜਮਾ ਕਰੀਏ ਤੇ ਉਹ ਕਹਿੰਦਾ ਕਬਰ ਵਿੱਚ ਫਰਕ ਪੈ ਜਾਣਾ ਇਹ ਖਾਸਾਂ ਦਾ ਤੇ ਆਮਾਂ ਦਾ ਪਰਵੇਜ਼ ਮੁਸ਼ਰਫ ਮਰੇ ਤੇ ਦੁਨੀਆ ਨੇ ਦੇਖਿਆ ਹੈ ਕਿ ਫਾਈਲ ਫੋਟੋ ਵੀ ਨਹੀਂ ਲੱਗ ਸਕਿਆ ਕਿ ਮਰਨ ਤੋਂ ਬਾਅਦ ਇਹਦਾ ਮੂੰਹ ਕਿਵੇਂ ਦਾ ਹੋ ਗਿਆ ਆ ਚਲੋ ਲਾਈਵ ਜਨਾਜ਼ਾ ਨਾ ਦਿਖਾਓ ਚਲੋ ਮੂੰਹ ਹੀ ਦਿਖਾ ਲਵੋ ਬਾਅਦ ਵਿੱਚ ਕਿ ਇਵੇਂ ਦਾ ਮੂੰਹ ਇਹਦਾ ਹੋ ਗਿਆ ਇੱਕ ਜਨਾਬ ਆਰਮੀ ਚੀਫ ਤੇ ਪਾਕਿਸਤਾਨ ਦਾ ਸਦਰ ਮਰੇ ਤੇ ਮੂੰਹ ਦਿਖਾਉਣ ਦੇ ਕਾਬਿਲ ਨਾ ਹੋਇਆ ਤੇ ਫਾਂਸੀ ਘਾਟ ਤੋਂ ਕੋਈ ਉਤਰ ਕੇ ਆਵੇ ਹਾਲਾਂਕਿ ਅਸੀਂ ਸੁਣੇ ਆਏ ਚਿੱਟਾ ਬੰਦਾ ਵੀ ਫਾਂਸੀ ਲੱਗੇ ਤੇ ਜਨਾਬ ਫਾਂਸੀ ਦੀ ਵਜ੍ਹਾ ਤੋਂ ਰੰਗ ਸਾਂਵਲਾ ਹੋ ਜਾਂਦਾ ਹੈ ਸਾਰਾ ਖੂਨ ਇਕੱਠਾ ਹੋ ਕੇ ਮੂੰਹ ਵਿੱਚ ਆ ਜਾਂਦਾ ਹੈ ਰੰਗ ਬਦਲ ਜਾਂਦਾ ਹੈ ਤੇ ਇੱਕ ਬੰਦਾ ਸਾਂਵਲੇ ਰੰਗ ਵਾਲਾ ਫਾਂਸੀ ਤੋਂ ਚੜ ਕੇ ਉਤਰੇ ਤੇ ਦੋ ਦਿਨ ਬਾਅਦ ਚਿਹਰੇ ਤੇ ਨਜ਼ਰ ਪਵੇ ਪਹਿਲੇ ਨਾਲੋਂ ਜ਼ਿਆਦਾ ਚਿੱਟਾ ਨਜ਼ਰ ਆ ਰਿਹਾ ਹੋਇਆ ਚਿਹਰੇ ਤੇ ਮੁਸਕੁਰਾਹਟ ਨਜ਼ਰ ਆ ਰਹੀ ਹੋਇਆ ਵਜ੍ਹਾ ਕਿਆ ਹੈ ਕਿ ਕਬਰ ਵਿੱਚ ਫਰਕ ਪੈ ਜਾਣਾ ਇਹ ਖਾਸਾਂ ਦਾ ਤੇ ਆਮਾਂ ਦਾ ਕਫਨ ਮਹਿਲਾ ਨਹੀਂ ਹੋਣਾ ਮੁਹੰਮਦ ਦੇ ਗੁਲਾਮ ਦਾ ਕਬਰ ਵਿੱਚ ਫਰਕ ਪੈ ਜਾਣਾ ਅਗਰ ਨਾਸਰ ਸ਼ਾਹ ਦੀ ਜ਼ੁਬਾਨ ਦੀ ਤਰਜਮਾ ਕਰੀਏ ਤੇ ਉਹ ਕਹਿ ਰਿਹਾ ਜ਼ਮੀਂ ਮਹਿਲੀ ਨਹੀਂ ਹੋਤੀ ਜ਼ਮਨ ਮਹਿਲਾ ਮੁਹੰਮਦ ਕੇ ਗੁਲਾਮੋਂ ਕਾ ਕਫਨ ਮਹਿਲਾ ਇਹ ਤੇ ਕਨਫਰਮ ਹੋ ਗਿਆ ਮੈਂ ਕਿ ਕਬਰਾਂ ਦੇ ਅੰਦਰ ਮੁੱਲ ਪੈਂਦੇ ਨੇ ਤੇ ਹਜ਼ੂਰ ਦੀ ਵਫਾ ਦੀ ਵਜ੍ਹਾ ਤੋਂ ਪੈਂਦਾ ਤਾਜਦਾਰ ਖਤਮ ਨਬੂਤ ਤਾਜਦਾਰ ਖਤਮ ਨਬੂਤ ਤਾਜਦਾਰ ਖਤਮ ਨਬੂਤ ਤਵਜੋ ਹੈ ਔਰ ਕੱਲ ਤੋਂ ਗਾਜ਼ੀ ਦਾ ਔਰ ਸ਼ੁਰੂ ਹੈ ਔਰ ਉਸ ਤੇ ਜਾਣਾ ਹੈ